ਰਿਸ਼ਭ ਬੈਣੀਪਾਲ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈ। ਅਸੀਂ ਬਾਬਾ ਦੀਪ ਸਿੰਘ ਫੈਡਰੇਸ਼ਨ ਵੱਲੋਂ ਯੂਥ ਨੂੰ ਇਹ ਮੈਸੇਜ ਦਿੰਦੇ ਹਾਂ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਆ। ਖੂਨਦਾਨ ਦੇਣਾ, ਮਹਾਂਦਾਨ ਆ, ਇਹਦੇ ਨਾਲ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਇਹੋ ਜਿਹੇ ਉਪਰਾਲੇ ਹਰੇਕ ਯੂਥ ਨੂੰ ਕਰਨਾ ਚਾਹੀਦਾ। ਅਸੀਂ ਬਾਬਾ ਦੀਪ ਸਿੰਘ ਫੈਡਰੇਸ਼ਨ ਵੱਲੋਂ ਹਰੇਕ ਧਰਮ ਦੇ ਤਿਉਹਾਰ 'ਤੇ ਲੰਗਰ ਲਗਾਇਆ ਜਾਂਦਾ ਅਤੇ ਰੱਥ ਯਾਤਰਾ ਦੀ ਅਤੇ ਗੁਰਪੁਰਬ ਨਗਰ ਕੀਰਤਨ ਦੀ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਅਤੇ ਫੁੱਲਾਂ ਦੀ ਸੇਵ ਵਿਛਾਈ ਜਾਂਦੀ ਹੈ। ਹਰੇਕ ਸੰਗਰਾਂਦ ਨੂੰ ਫ੍ਰੀ ਬੱਸ ਸੇਵਾ ਦਰਬਾਰ ਸਾਹਿਬ ਭੇਜੀ ਜਾਂਦੀ ਹੈ ਅਤੇ ਜਿੰਨੇ ਵੱਧ ਤੋਂ ਵੱਧ ਸਾਡੇ ਕੋਲ ਹੋ ਸਕੇ ਉਨੇ ਲੋਕਾਂ ਦੀ ਮਦਦ ਕੀਤੀ ਜਾਂਦੀ। ਖੂਨਦਾਨ ਕੈਂਪ ਲਾਇਆ ਜਾ ਰਿਹਾ ਜੀ, ਹੌਲੀ ਹੌਲੀ ਅੱਜ ਹੋਰ ਉਪਰਾਲੇ ਕਰਾਂਗੇ, ਪਰਮਾਤਮਾ ਮਿਹਰ ਰੱਖੀ। ਮੈਸੇਜ ਕੀ ਨੌਜਵਾਨ ਨੂੰ? ਇਸ ਤੋਂ ਉੱਤੇ ਮੈਸੇਜ ਨਹੀਂ ਦੇ ਸਕਦੇ ਜੀ। ਫਿਰ ਆਪਾਂ ਜਿਹੜੇ ਹਿਸਾਬ ਨਾਲ ਯੂਥ ਇੱਥੇ ਆ ਰਿਹਾ, ਪਿਛਲੀ ਵਾਰ ਯੂਥ ਨੇ ਦੇਖਿਆ ਜੀ, ਉਹ ਤੋਂ ਦੂਣਾ ਇਸ ਵਾਰੀ ਹੋ ਰਿਹਾ ਵਾ। ਕਿੰਨੇ ਵਜੇ ਦਾ ਕੈਂਪ ਲੱਗਿਆ ਜੀ? ਸਵੇਰੇ 10 ਵਜੇ ਤੋਂ ਸ਼ੁਰੂ ਹੈ ਜੀ, ਹਲੇ ਤੱਕ ਦੇਖ ਲਓ ਭੀੜ ਕਿਹੋ ਜੀ ਆ। ਟੀਮਾਂ ਕਿਹੜੀ ਜਗ੍ਹਾ ਤੋਂ ਆਈਆਂ? ਟੀਮਾਂ ਸਾਰੀਆਂ ਪੂਰੀਆਂ ਹੋ ਗਈਆਂ, 5 ਬੈਂਕ ਆਏ ਸੀਗੇ ਜੀ, 5 ਦੇ 5 ਬੈਂਕ ਫੁੱਲਾਂ। ਬਸ ਕਈ ਹਸਪਤਾਲਾਂ ਇਹੋ ਜਿਹੇ ਨੇ ਜਿਨ੍ਹਾਂ ਨੇ ਨਹੀਂ ਉਹ ਕੀਤੇ ਜੀ, ਅਤੇ ਟਾਈਮ ਨਾਲ ਉਹਨਾਂ ਦੇ ਯੂਨਿਟ ਵੀ ਘੱਟੇ ਚੀਜ਼ਾਂ ਹੋਈਆਂ ਅਤੇ ਅਗਲੀ ਵਾਰ ਮੇਰੇ ਹਿਸਾਬ ਨਾਲ ਹੁਣ ਸਾਨੂੰ ਦੁਬਾਰਾ ਫੋਨ ਆ ਰਿਹਾ ਕਿ ਅਗਲੀ ਵਾਰ ਅਸੀਂ ਤੁਹਾਡੇ ਤੋਂ ਜ਼ਰੂਰ ਆਵਾਂਗੇ ਕਿ ਸਾਡਾ ਵੱਧ ਤੋਂ ਵੱਧ ਤੁਹਾਨੂੰ ਸਵੇਰ ਦੇ 400 ਦੇ ਉੱਤੇ ਹੋ ਚੁੱਕੇ ਆ, ਬਾਕੀ ਆਪਾਂ ਕਰਦੇ ਪਏ ਹੌਲੀ ਹੌਲੀ ਹੋਰ, ਮਤਲਬ ਅਸੀਂ ਬਹੁਤ ਭੇਜ ਬੰਦੇ ਨੇ ਸਾਡੇ। ਵਧਾਈਆਂ, ਅੱਜ ਉਹਨੇ ਆਪਣੇ ਜਨਮਦਿਨ ਦੇ ਮੌਕੇ 'ਤੇ ਆਪਣਾ ਬਲੱਡ ਕੈਂਪ ਲਗਾਇਆ, ਸਾਰੇ ਪੰਜਾਬ ਦੇ ਯੁਵਾਓਂ ਨੂੰ ਪ੍ਰੇਰਿਤ ਕੀਤਾ ਗਿਆ, ਹਰ ਇੱਕ ਨੂੰ ਆਪਣੇ ਆਪਣੇ ਜਨਮਦਿਨ 'ਤੇ ਬਲੱਡ ਕੈਂਪ ਲਾ ਕੇ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਹਾਂਜੀ ਹਾਂਜੀ, ਅਸੀਂ ਦਿੰਦੇ ਹੀ ਰਹਿੰਦੇ ਹਾਂ ਜੀ, ਹਰ ਦੂਜੇ ਤੀਜੇ ਮਹੀਨੇ ਦਿੰਦੇ। ਨਸ਼ੇ ਤੋਂ ਰਹਿ ਕੇ ਇੱਦਾਂ ਦੇ ਉਪਰਾਲੇ ਕਰਨੇ ਚਾਹੀਦੇ ਆ, ਸਭ ਨੂੰ ਰਲ ਮਿਲ ਕੇ ਕਰਨਾ ਚਾਹੀਦਾ ਕਿ ਕਿਸੇ ਦੇ ਖੂਨ ਕੰਮ ਆ ਸਕੇ।